ਕੀ ਹੋਇਆ ਕਿ ਅੱਖਾਂ ਤੋਂ ਨਹੀਂ ਖੁੱਲਦੀਆਂ ਪਈਆਂ? ਨਸ਼ਾ ਵਗੈਰਾ ਕੀਤਾ ਆ? ਹੈਲੋ, ਤੁਸੀਂ ਦੇਖ ਸਕਦੇ ਹੋ ਜਿਹੜਾ ਡਰਾਈਵਰ ਹੈ, ਅਤੇ ਡਰਾਈਵਰ ਆ ਕੇ ਕਨੈਕਟਰ ਹੈ। ਹੈਲੋ ਬਾਈ, ਆਹ ਤੁਸੀਂ ਦੇਖ ਸਕਦੇ ਹੋ ਹਾਲ ਹੈ ਡਰਾਈਵਰਾਂ ਦੇ। ਅਤੇ ਦੱਸਦੇ ਤਾਂ ਇਹ ਹੈ ਕਿ ਜਿਹੜਾ ਟਰੱਕ ਆ ਇਹਦਾ ਹੈਂਡਲ ਲੋਕ ਹੋ ਗਿਆ ਸੀ, ਲੇਕਿਨ ਤੁਸੀਂ ਦੇਖ ਸਕਦੇ ਹੋ ਨਾ ਗੱਲਾਂ ਕਰਦਿਆਂ ਕਰਦੇ ਜਿਹੜਾ ਇਹ ਡਰਾਈਵਰ ਆ ਇਹ ਸੋ ਰਿਹਾ ਵਾ। ਨਸ਼ੇ 'ਚ ਧੁੱਤ ਡਰਾਈਵਰ ਸੋ ਗਿਆ ਖੜਾ ਖੜਾ। ਭਿਆਨਕ ਹਾਦਸੇ ਤੋਂ ਬਾਅਦ ਪਲਟਿਆ ਟਰੱਕ, ਮੌਕੇ ਤੇ ਡਰਾਈਵਰ ਨੂੰ ਗੱਲਾਂ ਕਰਦੇ ਆਈ ਨੀਂਦ। ਤਾਂ ਦੱਸਦੀਏ ਕਿ ਡਰਾਈਵਰ ਨਸ਼ੇ 'ਚ ਇੰਨਾ ਧੁੱਤ ਸੀ ਕਿ ਇਸ ਨੂੰ ਖੜੇ ਖੜੇ ਨੂੰ ਨੀਂਦ ਆ ਗਈ। ਤਾਂ ਪੱਤਰਕਾਰ ਸਵਾਲ ਕਰਦਾ ਰਹਿੰਦਾ ਹੈ ਪਰ ਇਸ ਨੂੰ ਕੋਈ ਵੀ ਹੋਸ਼ ਨਹੀਂ ਹੁੰਦਾ। ਦੱਸਦੇ ਕਿ ਫਲਾਈਓਵਰ ਚੜ੍ਹਦੇ ਸਮੇਂ ਟਰੱਕ ਨੂੰ ਬੱਸ ਨੇ ਟੱਕਰ ਮਾਰੀ ਸੀ, ਜਿਸ ਤੋਂ ਬਾਅਦ ਟਰੱਕ ਸੰਤੁਲਨ ਨਾ ਸੰਭਾਲ ਸਕਿਆ ਤੇ ਪਲਟ ਜਾਂਦਾ, ਅਤੇ ਇਸ ਦੇ ਵਿੱਚ ਬੈਠਾ ਡਰਾਈਵਰ ਨਸ਼ੇ 'ਚ ਧੁੱਤ ਸੀ, ਜਿਸ ਨੂੰ ਕੋਈ ਵੀ ਹੋਸ਼ ਨਹੀਂ ਹੁੰਦਾ। ਤਾਂ ਜਦ ਮੌਕੇ 'ਤੇ ਮੌਜੂਦ ਪੱਤਰਕਾਰ ਦੇ ਵੱਲੋਂ ਇਸ ਨੂੰ ਸਵਾਲ ਕੀਤੇ ਗਏ ਤਾਂ ਉਹ ਗੱਲਾਂ ਕਰਦਾ ਕਰਦਾ ਹੀ ਸੋ ਜਾਂਦਾ, ਜਦਕਿ ਉਸ ਵੱਲੋਂ ਕਿਹਾ ਗਿਆ ਕਿ ਉਸਨੂੰ ਨੀਂਦ ਦੇ ਕਾਰਨ ਚੱਕਰ ਆ ਰਿਹਾ। ਤਾਂ ਟਰੱਕ ਨੂੰ ਇੱਕ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਸੀ, ਜਿਸ ਤੋਂ ਬਾਅਦ ਇਸਦਾ ਸਟੀਅਰਿੰਗ ਲੋਕ ਹੋ ਗਿਆ ਅਤੇ ਇਹ ਟਰੱਕ ਪਲਟ ਗਿਆ। ਤਾਂ ਇਹ ਬਿਆਨ ਹੈ ਜਿਹੜਾ ਇਸ ਟਰੱਕ ਡਰਾਈਵਰ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਵੀ ਪਹੁੰਚੀ ਹੈ। ਦੱਸਦੇ ਕਿ ਟੱਕਰ ਤੋਂ ਬਾਅਦ ਇੱਕ ਬਿਜਲੀ ਦਾ ਖੰਭਾ ਹੈ ਉਹ ਵੀ ਉੱਖੜ ਜਾਂਦਾ, ਤਾਂ ਭਾਰੀ ਨੁਕਸਾਨ ਹੋਇਆ ਸੀ। ਤਾਂ ਨਸ਼ੇ ਦੇ ਵਿੱਚ ਧੁੱਤ ਸੀ ਇਹਨਾਂ ਡਰਾਈਵਰ ਕਿ ਇਸ ਨੂੰ ਕੋਈ ਵੀ ਹੋਸ਼ ਨਹੀਂ ਹੁੰਦਾ। ਤਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਦ ਪੱਤਰਕਾਰ ਦੇ ਵੱਲੋਂ ਸਵਾਲ ਕੀਤੇ ਗਏ, ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਪੱਤਰਕਾਰ ਦੇ ਵੱਲੋਂ ਇਸ ਨੂੰ ਸਵਾਲ ਕੀਤੇ ਗਏ ਤਾਂ ਦੋ ਤਿੰਨ ਸਵਾਲ ਤੋਂ ਬਾਅਦ ਹੀ ਇਸ ਦੀਆਂ ਅੱਖਾਂ ਚੜ੍ਹ ਗਈਆਂ ਅਤੇ ਫਿਰ ਵੇਖਦੇ ਹੀ ਵੇਖਦੇ ਇਸ ਨੂੰ ਨੀਂਦ ਆ ਗਈ ਅਤੇ ਖੜਾ ਖੜਾ ਹੀ ਸੌਣ ਲੱਗ ਜਾਂਦਾ। ਤਾਂ ਜਦ ਇਸ ਤੋਂ ਨਸ਼ੇ ਦੇ ਬਾਰੇ ਪੁੱਛਿਆ ਗਿਆ ਤਾਂ ਇਸਦੇ ਵੱਲੋਂ ਕਿਹਾ ਗਿਆ ਕਿ ਇਹ ਕਈ ਰਾਤਾਂ ਦਾ ਸੁੱਤਾ ਨਹੀਂ, ਜਿਸ ਕਰਕੇ ਇਸ ਨੂੰ ਚੱਕਰ ਆ ਰਹੇ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇਹ ਟਰੱਕ ਫਲਾਈਓਵਰ ਦੇ ਸਾਹਮਣੇ ਪਲਟ ਗਿਆ, ਜਿਸ ਕਰਕੇ ਵੱਡਾ ਨੁਕਸਾਨ ਹੋ ਗਿਆ। ਨਸ਼ਾ ਕਿੱਥੋਂ ਕਰ ਲੈਣਾ? ਖੜਾ ਖੜਾ ਸੋਈ ਕਿਉਂ ਜਾਂਦਾ? ਅਰੇ ਚੱਕਰ ਆਉਣ ਡੇ ਹੈ, ਚੱਕਰ ਆਉਣ ਡੇ। ਚੱਕਰ ਆਉਂਦਾ ਤਾਂ ਬੰਦਾ ਗਿਰ ਜਾਂਦਾ ਵਾ, ਬੰਦਾ ਥੋੜ੍ਹੀ ਆ ਜੀ। ਸਾਰੀ ਰਾਤ ਗੱਡੀ ਚਲਾਉਂਦਾ ਆਇਆ, ਫਿਰ ਦਿਨੇ ਜਿਹੜਾ ਅੱਜ 2 ਵਜੇ ਇਹਨੂੰ ਮੈਂ ਆ ਕੇ ਗੱਡੀ ਫੜਾ ਦੇ ਭਰਾ ਮੇਰਾ। ਅੱਛਾ, ਮੈਂ ਮੇਰੀ ਅੱਖ ਲੱਗ ਗਈ, ਮੈਂ ਸੌਂ ਗਿਆ। ਅੱਛਾ, ਉਹਨੇ ਬੱਸ ਵਾਲੇ ਨੇ ਇਹਨੂੰ ਸਾੜ ਮਾਰੀ। ਇਹਦੇ ਕੰਡਕਟਰ ਆ ਕੇ ਡਰਾਈਵਰ ਆ? ਹਾਂ, ਉਹੀ ਡਰਾਈਵਰ ਆ। ਡਰਾਈਵਰ ਆ ਅਤੇ ਤੇਰਾ ਆਹ ਹਾਲ ਆ, ਤਾਂ ਫਿਰ ਗੱਡੀ ਦਾ ਐਕਸੀਡੈਂਟ ਤਾਂ ਫਿਰ ਤੇਰੀ ਨੀਂਦ ਕਰਕੇ ਆਇਆ ਨਾ ਫਿਰ ਤੈਨੂੰ? ਨੀਂਦ ਕਰਕੇ ਨਹੀਂ ਪਾਓ ਜੀ, ਗੱਡੇ ਵਾਲੇ ਨੇ ਸੱਕ ਮਾਰੀ, ਇਹਨੇ ਉਸ ਵੇਲੇ ਐਨੂੰ ਕੱਟਦਾ, ਉਹਨੇ ਲੌਕ ਹੋ ਗਿਆ ਸਟੀਅਰਿੰਗ ਅਤੇ ਗੱਡੀ ਆ ਪਲਟੀ। ਲੌਕ ਤਾਂ ਹੋ ਗਿਆ, ਠੀਕ ਆ, ਪਰ ਜੋ ਤੇਰੀ ਹਾਲਤ ਆ ਇਹ ਸਹੀ ਨਹੀਂ ਨਾ ਹੈਗੀ ਹਾਲਤ। ਜੇ ਤੂੰ ਚੱਲ ਮੰਨ ਲੈਂਦੇ ਹਾਂ, ਤੂੰ ਕਹਿੰਦਾ ਮੈਂ ਨਸ਼ਾ ਨਹੀਂ ਕੀਤਾ, ਪਰ ਤੈਨੂੰ ਨੀਂਦ ਇੰਨੀ ਆ ਰਹੀ ਹੈ, ਜੇ ਤੈਨੂੰ ਨੀਂਦ ਆ ਰਹੀ ਸੀ ਫਿਰ ਰੈਸਟ ਕਰਦਾ, ਗੱਡੀ ਚਲਾਉਣੀ ਵੀ ਨਹੀਂ ਚਾਹੀਦੀ ਵੀ ਇਸ ਹਾਲਤ 'ਚ, ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਨਾ। ਮੈਂ ਤਾਂ ਸੁੱਤਾ ਹੈ ਬਾਬੂ ਜੀ, ਹਾਂ ਮੈਂ ਦੋ ਘੰਟੇ ਸੁੱਤਾ ਹਾਂ, ਇਹਨੂੰ ਮੈਂ ਆਖਾਂ ਨਾ ਗੱਡੀ ਫੜਾ ਦੇ ਮੈਨੂੰ, ਮੈਂ ਚਲਾਉਣਾ ਵਾਂ। ਅੱਛਾ, ਗੱਡੀ ਤੇਰੇ ਕੋਲ ਨਹੀਂ ਵੱਜੀ ਫਿਰ? ਗੱਡੀ ਕਿਹਦੇ ਕੋਲ ਵੱਜੀ ਹੈ? ਭਰਾ ਵਾ ਮੇਰਾ। ਅੱਛਾ, ਮਨਿੰਦਰ ਸਿੰਘ। ਟਰੱਕ ਆ ਕਿੱਦਾਂ ਪਲਟਿਆ, ਕੀ ਹੋਇਆ ਵਾ? ਬਾਬੀ ਬੱਸ ਵਾਲੇ ਨੇ ਸਾਈਡ ਮਾਰੀ, ਇਹਨੇ ਕੱਢ ਦਮ ਜਾਕਾਂ ਇੱਧਰ ਨੂੰ ਗੱਡੀ ਦੇ ਸਟੀਅਰਿੰਗ ਲੋਕ ਹੋ ਗਿਆ। ਅੱਛਾ, ਸਿੱਧਾ ਫਿਰ ਇੱਧਰ ਉੱਤਰ ਗਈ, ਸਟੀਅਰਿੰਗ ਆਪੇ ਲੋਕ ਹੋ ਗਿਆ। ਹਾਂ, ਕਿਹੜੀ ਜਗ੍ਹਾ ਆ ਰਹੇ ਸੀ ਟਰੱਕ? ਹਾਂ, ਇਧਰੋਂ ਪਹਾੜੀ ਨਹੀਂ ਚੜ੍ਹ ਕੇ ਜਾਈਏ ਕੀ?
ਪਿੱਛੋਂ ਕਿੱਥੋਂ ਲੈ ਕੇ ਆ ਰਹੇ ਹੋ ਸਮਾਨ ਜਿਹੜਾ ਲੈ ਕੇ ਆ ਰਹੇ ਹੋ? ਅਸੀਂ ਝਾਂਸੀ ਲੈ ਕੇ ਆਉਂਦੇ ਹਾਂ। ਝਾਂਸੀ ਲੈ ਕੇ ਆਏ ਹੋ? ਹਾਂਜੀ। ਅੱਛਾ, ਤੇ ਹੁਣ ਕਿੱਧਰ ਜਾਣਾ ਸੀਗਾ ਲੈ ਕੇ? ਆਵੇ ਨਾਲ ਹੀ ਨੁਕਰ ਦੀ ਦੁਕਾਨ ਲੈਣਾ। ਅੱਛਾ, ਹਾਂ ਕੀ ਹੋਇਆ ਕਿ ਅੱਖਾਂ ਕਿਉਂ ਨਹੀਂ ਖੁੱਲਦੀਆਂ ਵੀਆਂ? ਨਸ਼ਾ ਵਗੈਰਾ ਕੀਤਾ? ਹੈਲੋ, ਤੁਸੀਂ ਦੇਖ ਸਕਦੇ ਹੋ ਜਿਹੜਾ ਡਰਾਈਵਰ ਹੈ, ਅਤੇ ਡਰਾਈਵਰ ਆ ਕੇ ਕਨੈਕਟਰ ਹੈ। ਹੈਲੋ ਬਾਈ, ਆਹ ਤੁਸੀਂ ਦੇਖ ਸਕਦੇ ਹੋ ਹਾਲ ਹੈ ਡਰਾਈਵਰਾਂ ਦੇ। ਅਤੇ ਦੱਸਦੇ ਤਾਂ ਇਹ ਹੈ ਕਿ ਜਿਹੜਾ ਇਹ ਟਰੱਕ ਆ, ਇਹਦਾ ਹੈਂਡਲ ਲੋਕ ਹੋ ਗਿਆ ਸੀ, ਲੇਕਿਨ ਤੁਸੀਂ ਦੇਖ ਸਕਦੇ ਹੋ ਨਾ ਗੱਲਾਂ ਕਰਦਿਆਂ ਕਰਦਿਆਂ ਜਿਹੜਾ ਇਹ ਡਰਾਈਵਰ ਆ ਇਹ ਸੋ ਰਿਹਾ ਵਾ। ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਖੜ੍ਹੇ ਹੁੰਦੇ ਆ ਕਿ ਇਹ ਜਿਹੜਾ ਡਰਾਈਵਰ ਆ ਇਹ ਨਸ਼ੇ ਦੇ ਵਿੱਚ ਲੱਗ ਰਿਹਾ। ਨਸ਼ਾ ਕੀਤਾ ਹੋਇਆ ਬਾਈ ਤੂੰ? ਇਹ ਮਾਮਲਾ ਹੋਇਆ ਜੀ ਆਪਣੇ ਇੱਧਰੋਂ ਜੋਧੇਵਾਲ ਤੋਂ ਜੀ ਟੀ ਰੋਡ 'ਤੇ ਟਰੱਕ ਅਤੇ ਇੱਕ ਟਰੱਕ ਹਰਿਆਣਾ ਰੋਡ ਹੀ ਬੱਸ ਦੇ ਆ ਰਹੇ ਸੀ, ਸਾਰੇ ਵਾਲੇ ਪੁਲਿਸ ਚੜ੍ਹਨ ਲੱਗੇ, ਬੱਸ ਦੀ ਸਾਈਡ ਵੱਜ ਗਈ ਆ ਅਤੇ ਜਿਹੜਾ ਟਰੱਕ ਸੀਗਾ ਉਹਦਾ ਹੈਂਡਲ ਔਫ ਹੋ ਗਿਆ, ਉਹ ਗੱਡੀ ਪਾਲਟੀ ਮਾਰ ਕੇ ਥੱਲੇ ਡਿੱਗੀ ਆ।